सत श्री अकाल जी सारयां नूं। अज असी आए हाँ पिंड रुड़का कलां, जिहड़ा कि फुटबाल की नर्सरी है, फुटबाल की अकैडमी इत्थे बहुत सालों तो चलती, तो होर भी पिंड बड़ा मशहूर है। NRI का यह एरिया हैगा जी, पिंड दियां सत्थां बहुत सोहणियां बनाईयां, पिंड दे चौक बड़े सोहणे बनाए है, तो किसानी अंदोलन की याद दे विच इत्थे एक बहुत सोहणा मोन्यूमेंट बनाया। अज दे साडे गैसट ने जी बई टोनी संधु जी, सत श्री अकाल जी संधु साहब। सत श्री अकाल भाजी, पहला धन्यवाद तुहाडा तुसीं आए इत्थे। थैंक यू वीर जी। संधु साहब, अपना तो वैसे दोनों का शौक अपनी मुलाकात भी घोड़ियां करके हुई है जी। बिल्कुल जी, पर रुड़का कलां आके आप फुटबाल की गल ना करिए, घोड़िया तो भी मिलना था जरूरी है जी, स्पोर्ट्स की गल करनी। बिल्कुल जी, तो साढ़े पिंड की हिस्टरी पहले तो बहुत वे वे प्लेयर इतने नामी प्लेयर हुए है जी। जी, तो ये जी अकेडमी है 25 साल हुए जी बने, YFC रुड़का कलां जी। ठीक है जी। ये सारे मतलब पिंड वासियां NRI भरावां ਸਾਡੇ ਟੀਮ ਦੇ ਮੁੰਡੇ ਸੀਗੇ, ਉਹਨਾਂ ਨੇ ਉਸ ਟਾਈਮ ਇੱਕ ਇਨੀਸ਼ੀਏਟਿਵ ਲਿਆ ਸੀ ਜਿਹੜੀ ਜਵਾਨੀ ਨੂੰ ਸੇਧ ਦਿੱਤੀ ਜਾਵੇ ਜੀ, ਤੇ ਉਹਦੇ ਵਿੱਚ ਬਾਬਾ ਭਾਈ ਸਾਹਿਬ ਜੀ ਅਸਥਾਨ ਉਦਾਸੀ ਅਸਥਾਨ ਦਾ ਬਹੁਤ ਵੱਡਾ ਯੋਗਦਾਨ ਆ। ਸਾਰਿਆਂ ਨਾਲ ਮਿਲ ਕੇ ਅੱਜ ਅਕੈਡਮੀ ਇਸ ਮੁਕਾਮ ਤੇ ਆ ਗਈ ਆ, ਤੇ FIFA ਜਿਹੜੀ ਵਰਲਡ ਦੀ ਆਰਗੇਨਾਈਜੇਸ਼ਨ ਆ ਉਹਦੇ ਨਾਲ ਟਾਈ ਅਪ ਆ, ਤੇ ਇੰਡੀਆ ਦੇ ਟੌਪ 10 ਅਕੈਡਮੀ ਵਿੱਚ ਅਕੈਡਮੀ ਆਉਂਦੀ ਹੈ ਜੀ। ਮੈਨੂੰ ਬੜੀ ਹੈਰਾਨੀ ਹੋਈ ਜੀ, ਫੋਰਨ ਤੋਂ ਵੀ ਪਲੇਅਰ ਇਹਨਾਂ ਕੋਲੇ ਖੇਡਣ ਲਈ ਆਏ ਹੋਏ ਐਕਸਚੇਂਜ ਪ੍ਰੋਗਰਾਮ ਦੇ ਅਧੀਨ ਜੀ। ਹਾਂਜੀ ਬਿਲਕੁਲ ਜੀ ਬਿਲਕੁਲ, ਇਹ ਸਾਡਾ ਸਪੋਰਟਸ ਐਂਡ ਕਲਚਰਲ ਐਕਸਚੇਂਜ ਪ੍ਰੋਗਰਾਮ ਹੈ ਜੀ। ਠੀਕ ਹੈ ਜੀ। ਸਾਡੇ ਬੱਚੇ ਜਿੱਦਾਂ ਅਬਰੋਡ ਜਾਂਦੇ ਰਹਿੰਦੇ, ਜਰਮਨ, ਯੂਰਪ ਜਾਂ ਹੋਰਾਂ ਕੰਟਰੀਜ਼ ਦੇ ਵਿੱਚ ਜਿਹੜੇ ਉੱਥੋਂ ਦੇ ਟ੍ਰੇਨਿੰਗ ਹੁੰਦੇ ਆ, ਤੇ ਉਹ ਆਪਣੇ 6 ਮਹੀਨੇ ਵਾਸਤੇ ਵਰਕਸ਼ਾਪਸ ਲਈ ਇੱਥੇ ਆਉਂਦੇ ਆ ਜੀ। ਠੀਕ ਹੈ ਜੀ। ਤੁਹਾਡਾ ਪਿੰਡ ਕਿੰਨਾ ਕੁ ਵੱਡਾ ਪਿੰਡ ਹੈ ਜੀ, ਵੋਟਾਂ ਵਾਈਜ਼, ਪੋਪੂਲੇਸ਼ਨ ਵਾਈਜ਼? ਤਕਰੀਬਨ 6,500 ਦੇ ਕਰੀਬ ਵੋਟ ਆ ਜੀ ਇੱਥੇ, 10 ਤੋਂ 11,000 ਦੇ ਕਰੀਬ ਆਬਾਦੀ ਆ। ਠੀਕ ਹੈ ਜੀ। ਤੇ ਮੇਰਾ ਖਿਆਲ ਇੰਨੇ ਸਾਡੇ ਲੋਕ ਜਿਹੜੇ ਆ ਵਿਦੇਸ਼ਾਂ 'ਚ ਬੈਠੇ ਆ। ਸੋ ਹਾਫ ਪੋਪੂਲੇਸ਼ਨ ਆਲਮੋਸਟ ਵਿਦੇਸ਼ 'ਚ ਬੈਠੀ ਹੈ। ਹੋਰ ਤੁਹਾਡੇ ਪਿੰਡ ਦੀਆਂ ਕੋਈ ਮਸ਼ਹੂਰ ਸ਼ਖਸੀਅਤਾਂ ਜੀ? ਸ਼ਖਸੀਅਤਾਂ ਹੁਣ ਜੇ ਮੈਂ ਨਾਮ ਗਣਾਉਣ ਵਿੱਚ ਆਵਾਂ ਬਹੁਤ ਲੰਬੀ, ਕਾਫੀ ਸਾਰੇ ਛੁੱਟ ਵੀ ਜਾਣਗੇ ਜੀ। ਹਾਂਜੀ, ਬਾਕੀ ਤੁਸੀਂ ਪਿੰਡ ਘੁੰਮ ਕੇ ਦੇਖ ਹੀ ਲਿਆ, ਹਿਸਟੋਰੀਕਲ ਪਿੰਡ ਆ ਜੀ ਇਹ ਜੀ, ਤੇ ਚਾਹੇ ਆਜ਼ਾਦੀ ਦੇ ਵਿੱਚ ਰੱਖੋ, ਚਾਹੇ ਧਾਰਮਿਕ ਸੰਸਥਾਵਾਂ ਵਿੱਚ, ਚਾਹੇ ਖੇਡ ਦੇ ਵਿੱਚ, ਹਰ ਵੇਲੇ ਮਤਲਬ ਇੱਕ ਮੋਰੀ ਪਿੰਡ ਦੇ ਤੌਰ 'ਤੇ ਇਹਨੇ ਆਪਣਾ ਰੋਲ ਅਦਾ ਕੀਤਾ ਜੀ। ਕਿਸਾਨੀ ਅੰਦੋਲਨ ਤਾਂ ਜੀ ਸਾਰੇ ਪੰਜਾਬ ਨੇ, ਹਰਿਆਣੇ ਨੇ, ਦਿੱਲੀ ਨੇ, ਯੂਪੀ ਵਾਲਿਆਂ ਨੇ ਜਿੱਤੇ ਆ ਜੀ ਰਲ ਕੇ, ਬਟ ਉਹਦੀ ਜੇ ਕਿਤੇ ਯਾਦਗਾਰ ਬਣਾਈ ਗਈ ਹੈ ਤਾਂ ਉਹ ਸਿਰਫ ਇਸੇ ਪਿੰਡ ਦੇ ਵਿੱਚ ਬਣਾਈ ਗਈ ਹੈ ਜੀ। ਹਾਂਜੀ ਜੀ। ਇਹ ਸਾਡਾ ਉਪਰਾਲਾ ਸੀਗਾ, ਜਿੱਦਾਂ ਆਪਣੇ 1.25 ਸਾਲ ਦੇ ਕਰੀਬ ਅੰਦੋਲਨ ਚੱਲਿਆ ਜੀ, ਪਹਿਲਾਂ 3-4 ਮਹੀਨੇ ਪੰਜਾਬ 'ਚ, ਫਿਰ ਸਾਲ ਭਰ ਆਪਾਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਤੇ ਜੀ, ਅਤੇ ਜਦੋਂ ਅਸੀਂ ਉੱਥੇ ਗਏ ਤਾਂ ਸਾਡੇ ਜਿੰਨੇ ਖਿਡਾਰੀ ਪਲੇਅਰ, ਚਾਹੇ ਕਬੱਡੀ ਵਾਲੇ, ਚਾਹੇ ਪਹਿਲਵਾਨ, ਚਾਹੇ ਫੁੱਟਬਾਲ ਵਾਲੇ, ਹਰਿਆਣੇ ਤੋਂ ਹੋਣ, ਚਾਹੇ ਹੋਰ ਸਟੇਟਾਂ ਤੋਂ ਵੀ, ਇਕੱਠੇ ਹੋ ਕੇ ਜਦੋਂ ਸਾਰੇ ਉੱਥੇ ਪਹੁੰਚੇ ਹਾਂ ਜੀ, ਤਾਂ ਉਸ ਵਕਤ ਉੱਥੇ ਜ਼ਰੂਰਤ ਮਹਿਸੂਸ ਹੋਈ ਕਿ ਇੱਥੇ ਲੰਗਰ ਦੀ ਆਪਾਂ ਨੂੰ ਕੋਈ ਪ੍ਰਬੰਧ ਕਰਨਾ ਚਾਹੀਦਾ, ਰਹਾਇਸ਼ ਦਾ ਪ੍ਰਬੰਧ ਕਰਨਾ ਚਾਹੀਦਾ ਜੀ, ਅਤੇ ਫਿਰ ਉੱਥੇ KFC ਦੀ ਇੱਕ ਬਿਲਡਿੰਗ ਸੀਗੀ ਜੀ ਜੀ, ਉੱਥੇ ਸਾਰਿਆਂ ਨੇ ਮਤਲਬ ਇਕੱਠੇ ਹੋ ਕੇ, ਤੇ ਬਹੁਤ ਪਿੰਡਾਂ ਪੰਚਾਇਤਾਂ ਨੇ ਸਹਿਯੋਗ ਕੀਤਾ, ਤੇ ਮੋਹਰੀ ਨਾਮੀ ਖਿਡਾਰੀ ਜਿੰਨੇ ਵੀ ਸੀ ਉੱਥੇ ਰਹੇ ਅਸੀਂ, ਤੇ ਇੱਕ ਹਫ਼ਤੇ ਦੇ ਕਰੀਬ ਜਿਹੜੀ ਦਿੱਲੀ ਮੋਰਚਾ ਕਬੱਡੀ ਲੀਗ ਵੀ ਚਲਾਈ। ਠੀਕ ਹੈ। ਤੇ ਪੂਰਨ ਸੇਵਾਵਾਂ ਉੱਥੇ ਦਿੱਤੀਆਂ, ਜਿਹਦੇ ਵਿੱਚ 3 ਤੋਂ 4 ਹਜ਼ਾਰ ਬੰਦੇ ਦੀ ਰਹਾਇਸ਼ ਦਾ ਇੰਤਜ਼ਾਮ ਸੀ ਜੀ, ਤੇ ਲੰਗਰ ਹਰ ਵਕਤ ਉੱਥੇ ਨਿਰੰਤਰ ਚੱਲਦਾ ਰਹਿੰਦਾ ਜੀ। ਤੇ ਬਿਲਕੁਲ ਜਿੱਦਾਂ ਹੁਣ ਤੁਸੀਂ ਵੀ ਆਪਣੇ ਡਾਕਟਰ ਸਾਹਿਬ ਦੇ ਨਾਲ, ਡਾਕਟਰ ਦਰਸ਼ਨ ਪਾਲ ਮੇਰੇ ਚਾਚਾ ਜੀ ਨੇ, ਤੁਹਾਡੇ ਚਾਚਾ ਜੀ ਆ, ਉਹ ਵੀ ਅਕਸਰ ਸਾਡੇ ਕੋਲ ਉੱਥੇ ਆਇਆ ਕਰਦੇ ਸੀ ਜੀ, ਤੇ ਆ ਤੁਹਾਨੂੰ ਮਿਲ ਕੇ ਦੋਹਰੀ ਖੁਸ਼ੀ ਵੀ ਆਪਣਾ, ਉਹਨਾਂ ਨਾਲ ਵੀ ਯਾਦਾਂ ਤਾਜ਼ੀਆਂ ਹੋਈਆਂ ਜੀ। ਦੇਖੋ ਜੀ, ਕਿਸਾਨੀ ਅੰਦੋਲਨ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਜਿੱਤ ਹੈ, ਬੇਸ਼ੱਕ ਹੋਰ ਸਟੇਟਾਂ ਵਾਲੇ ਵੀ ਇਹਦੇ 'ਚ ਆਏ, ਪਰ ਮੈਨੂੰ ਲੱਗਦਾ ਵੀ ਪੰਜਾਬੀਆਂ ਨੇ ਆਪਣਾ ਜਿਹੜਾ ਰੁਤਬਾ ਹੈ ਉਹ ਕਾਇਮ ਰੱਖਿਆ ਹੈ ਅੰਦੋਲਨ ਨੂੰ ਜਿੱਤ ਕੇ। ਬਿਲਕੁਲ ਬਿਲਕੁਲ, ਕਿਉਂਕਿ ਅਦਰ ਸਟੇਟ ਦੇ ਸਾਡੇ ਜਿਹੜੇ ਦੋਸਤ ਹੈ ਜੀ, ਉਹ ਹਮੇਸ਼ਾ ਇਹ ਗੱਲ ਕਹਿੰਦੇ ਸੀ ਵੀ ਨਹੀਂ ਵੀ ਕਿਸਾਨ ਕੁਛ ਨਹੀਂ ਕਰ ਸਕੇ, ਤਾਂ ਮੈਂ ਇਹਨਾਂ ਨੂੰ ਇੱਕੋ ਗੱਲ ਕਹਿੰਦਾ ਸੀ ਵੀ ਤੁਸੀਂ ਹਲੇ ਪੰਜਾਬ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ, ਅਸੀਂ ਪੜ੍ਹਿਆ, ਅਸੀਂ ਜਾਣਦੇ ਹਾਂ ਵੀ ਸਾਡੇ ਪੰਜਾਬੀਆਂ ਦਾ ਖੂਨ ਕਿਹੋ ਜਿਹਾ, ਸੋ ਇਹ ਜਿੱਤ ਕੇ ਹੀ ਮੁੜਨਗੇ। ਨਹੀਂ ਬਿਲਕੁਲ ਬਿਲਕੁਲ ਜੀ, ਇੱਕ ਲਾਮਿਸਾਲ ਅੰਦੋਲਨ ਸੀ, ਮਤਲਬ ਸਦੀਆਂ ਦੇ ਵਿੱਚ ਕਿਤੇ ਇਦਾਂ ਦੇ ਅੰਦੋਲਨ ਹੁੰਦੇ ਆ। ਆਮ ਅੰਦੋਲਨਾਂ ਦੇ ਵਿੱਚ ਜੀ ਕੋਈ 500-2,000 ਦੀ ਪਰਚੀ ਕਟਾ ਕੇ ਚੌੜਾ ਹੁੰਦਾ, ਇੱਥੇ ਕਈ ਕਈ 10-20 ਲੱਖਾਂ ਦੇ ਟਰੈਕਟਰ ਲੋਕਾਂ ਨੇ ਉੱਥੇ ਦਾਅ ਤੇ ਲਾਏ ਪਏ ਸੀ। ਕੋਈ ਗਿਣਤੀ ਨਹੀਂ ਜੀ, ਸੰਗਤ ਨੇ ਇੰਨੀ ਸੇਵਾ ਕੀਤੀ, ਤਨੋਂ ਮਨੋਂ ਤਨੋਂ ਜੀ, ਕਿਸੇ ਚੀਜ਼ ਦਾ ਕੋਈ ਅੰਤ ਹੀ ਨਹੀਂ ਸੀ ਉੱਥੇ ਜੀ, ਉੱਥੇ ਪਰਮਾਤਮਾ ਦਾ ਵਾਸ ਸੀ ਇੱਕ ਤਰ੍ਹਾਂ ਨਾਲ, ਜਿੱਦਾਂ ਜਿਹੜੀ ਚੀਜ਼ ਦੀ ਲੋੜ ਹੁੰਦੀ ਦੂਜੇ ਦਿਨ ਆਪਣੇ ਆਪ ਉੱਥੇ ਹਾਜ਼ਰ ਹੁੰਦੀ ਹਾਜ਼ਰ ਹੁੰਦੇ ਸੀ। ਤੇ ਸੰਧੂ ਸਾਹਿਬ, ਹੁਣ ਆਪਾਂ ਮੁੜੀਏ ਘੋੜਿਆਂ ਦੇ ਸ਼ੌਕ ਵੱਲ ਜੀ, ਇਹ ਘੋੜਿਆਂ ਦਾ ਸ਼ੌਕ ਤੁਹਾਡਾ ਕਿੰਨਾ ਕੁ ਪੁਰਾਣਾ ਹੈ ਜੀ? ਘੋੜੇ ਜੀ ਪਹਿਲਾਂ ਤਾਂ ਮੈਂ 2004 ਵਿੱਚ ਰੱਖੇ ਸੀ। ਠੀਕ ਹੈ ਜੀ। ਉਸ ਟਾਈਮ ਇੱਕ ਨੁਕਰੀ ਘੋੜੀ ਸੀ, ਇੱਕ ਚੰਬੀ ਘੋੜੀ ਸੀਗੀ ਮੇਰੇ ਕੋਲ ਜੀ ਜੀ, ਤੇ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਟਾਈਮ ਖੇਡਦਾ ਸੀਗਾ ਤੇ ਫਿਰ ਮੇਰਾ ਫ੍ਰੈਕਚਰ ਹੋ ਗਿਆ ਸੀ ਬਾਂਹ ਦਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੈਂ 3 ਕੁ ਸਾਲ ਬਾਅਦ ਉਹ ਸੇਲ ਕਰਤੇ ਸੀਗੇ ਜੀ ਜੀ, ਤੇ ਫਿਰ ਦੁਬਾਰਾ ਨੰਨੀ ਪਹਿਲਵਾਨ ਜੀ ਤੇ ਉਹਦੇ ਸੰਪਰਕ ਵਿੱਚ ਆਏ ਤਾਂ ਕਬੱਡੀ ਕਰਕੇ, ਤਾਂ ਜੀ ਉੱਥੇ ਫਿਰ ਗੱਲਾਂ ਗੁੱਲਾਂ ਚੱਲਣੀਆਂ ਘੋੜਿਆਂ ਦੀਆਂ, ਤਾਂ ਫਿਰ ਉਹਦੇ ਕੋਲ ਪਹਿਲੇ 3
ਜਾਨਵਰ ਸੀਗੇ। ਠੀਕ ਹੈ ਜੀ। ਫਿਰ ਅਸੀਂ ਮਿਲ ਕੇ ਦੋ ਤਿੰਨ ਅਸੀਂ ਹੋਰ ਲਏ ਜੀ, ਤੇ ਅੱਗੇ ਉਹਨਾਂ ਦੇ ਬੱਚੇ ਹੋ ਗਏ। ਸਾਡਾ ਇੱਕ ਇਹ ਮਕਸਦ ਸੀ ਬਈ ਜਿਹੜਾ ਚੰਗਾ ਸਾਥ ਹੈ ਜੇ ਚੰਗੇ ਸ਼ੌਕ ਹੋਣਗੇ ਉਹ ਫਿਰ ਉਹਦੇ ਨਾਲ ਕੰਟੀਨਿਊ ਰਹਿੰਦਾ ਜੀ, ਵਾਰਤਾਲਾਪ ਜਾਰੀ ਰਹਿੰਦੀ। ਇਸ ਵਜ੍ਹਾ ਕਰਕੇ ਫਿਰ ਅਸੀਂ ਸਾਂਝੇ ਸਾਡੇ ਜਾਨਵਰ ਹੈ ਜਿੰਨੇ ਹੈਗੇ ਜੀ। ਜੀ ਇਸ ਟਾਈਮ ਟੋਟਲ ਕਿੰਨੇ ਹੈਗੇ ਜੀ? ਇਸ ਟਾਈਮ ਆਪਾਂ ਕੋਲ 4 ਘੋੜੀਆਂ ਜੀ। ਠੀਕ ਹੈ ਜੀ। ਇੱਕ ਘੋੜਾ ਹੈ ਤੇ 2 ਬੱਚੇ ਹੈ ਜੀ। ਠੀਕ ਹੈ। ਜਿਹੜਾ ਇਹ ਘੋੜਾ ਹੈ ਜੀ ਇਹਦੀ ਥੋੜ੍ਹੀ ਡਿਟੇਲ ਦੱਸੋ ਜੀ। ਇਹ ਘੋੜਾ ਆਪਣਾ ਜਿਹੜਾ ਗਜਰਾਜ ਘੋੜਾ ਜੀ। ਹਾਂਜੀ। ਤੇ ਆਪਣੇ ਗੁਰਤਾਜ ਸੰਧੂ, ਹਾਂਜੀ ਹਾਂਜੀ, ਚੋਲਾ ਸਾਹਿਬ ਉਹਨਾਂ ਕੋਲ ਆ ਜੀ। ਤੇ ਉਹਦਾ ਬੱਚਾ ਜੀ ਅੰਕੁਰ ਬਾਟੇ ਹੋਣਾ ਦੇ ਘਰ ਦੇ ਪੈਦਾ ਹੋਇਆ ਸੀ ਜੀ। ਤੇ ਇਹਦੀ ਜਿਹੜੀ ਮਾਂ ਆ ਉਹ ਲਕਸ਼ਮੀ ਮੇਹਰ ਬਰੂਡ ਮੇਹਰ ਆ 65 ਇੰਚ ਦੀ ਜੀ। ਜੀ। ਤੇ ਆਪ ਇਹ ਜਿਹੜਾ ਗਜਰਾਜ ਆ ਤੁਹਾਨੂੰ ਪਤਾ ਹੀ ਆ ਵੀ ਰਾਜ ਤਿਲਕ, ਰਾਜ ਤਿਲਕ ਦਾ ਬੱਚਾ ਜੀ। ਪੰਜਾਬ ਦੇ ਵਿੱਚ ਜ਼ਿਆਦਾਤਰ ਆਲੀਸ਼ਾਨ ਬਲੱਡ ਲਾਈਨ ਹੁਣ ਹਾਵੀ ਹੈ। ਹਾਂਜੀ। ਸੋ ਇਹ ਇੱਕ ਡਿਫਰੈਂਟ ਬਲੱਡ ਲਾਈਨ ਦਾ ਬਹੁਤ ਚੰਗਾ ਘੋੜਾ ਜੀ। ਬਿਲਕੁਲ। ਜਿੱਦਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਸਮਝ ਆ ਜਾਏ ਇਨ ਬਰੀਡਿੰਗ ਤੋਂ ਆਪਾਂ ਨੂੰ ਥੋੜ੍ਹਾ ਥੋੜ੍ਹਾ ਪਾਸੇ ਰਹਿਣਾ ਚਾਹੀਦਾ, ਪਾਸੇ ਰਹਿਣਾ ਚਾਹੀਦਾ। ਉਹਦੇ ਵਾਸਤੇ ਮਤਲਬ ਇਹ ਲਾਈਨ ਇੱਕ ਚੰਗੀ ਲਾਈਨ ਹੈ ਜਿਹੜੀ ਬਹੁਤ ਘੱਟ ਹੈ, ਰੇਅਰ ਹੈ ਜੀ ਪੰਜਾਬ। ਤੇ ਇਸ ਤੋਂ ਇਲਾਵਾ ਆਪਣੇ ਕੋਲ ਘੋੜੀਆਂ ਨੇ ਜੀ। ਹਾਂਜੀ, ਘੋੜੀਆਂ, ਇੱਕ ਘੋੜੀ ਆਪਣੇ ਕੋਲ ਇਹ ਹੈਗੀ ਆਪਣੇ ਮਦੇਰਨਾ ਘੋੜਾ ਜਿਹੜਾ ਤੂਫਾਨ ਦਾ ਜੀ। ਜੀ। ਤੇ ਇਹ ਉਹਦੀ ਆ ਜੀ। ਜੀ। ਤੇ ਦੂਸਰੀ ਘੋੜੀ ਆਪਣੇ ਕੋਲ ਜੀ ਹੈਗੀ ਆ ਕਵੇਰੀ ਘੋੜੀ ਆ, ਅਮਰਜੀਤ ਗਿੱਲ ਲਾਲੀ ਹੋਣਾ ਨੇ ਉਹਨਾਂ ਤੋਂ ਲਈ ਸੀ, ਜਿਹਦੇ ਪਿੱਛੇ ਸਰਖਾਬ ਦੀ ਬਛੇਰੀ ਆ ਜੀ। ਜੀ। ਤੇ ਇਸ ਤੋਂ ਇਲਾਵਾ ਇੱਕ ਘੋੜੀ ਸਾਡੇ ਘਰ ਦੀ ਪਹਿਲਾਂ ਨੀ ਭਲਵਾਨ ਦੇ ਘਰੇ ਉੱਥੋਂ ਜੰਮੀ ਸੀਗੀ ਜੀ। ਜੀ। ਇੱਕ ਸ਼ਹਿਰੀ ਭਾਜੀ ਬਠਿੰਡੇ ਤੋਂ ਅਸੀਂ ਲਈ ਸੀ ਜੀ ਘੋੜੀ। ਜੀ। ਤੇ ਉਹ ਮਤਲਬ ਉਹਦੀ ਮਾਂ ਕਾਲੇ ਕਾਂਟੇ ਦੀ ਆ, ਆਪ ਉਹ ਸ਼ਹਿਰੀ ਭਾਜੀ ਕੋਲ ਜਿਹੜਾ ਘੋੜਾ ਬਖਸ਼ਿਆ ਜੀ ਦਰੋਨੇ ਦਾ, ਜੀ ਆਪ ਉਹਦੀ ਆ ਜੀ। ਜੀ। ਸੋ ਬਾਈ ਜੀ ਉਹਨਾਂ ਕੋਲ ਜਿਹੜਾ ਘੋੜਾ ਹੈ ਉਹ ਵੀ ਬਹੁਤ ਸੋਹਣਾ ਘੋੜਾ ਹੈ ਜੀ। ਸੋ ਬਾਕੀ ਇਹਨਾਂ ਦਾ ਜਿਹੜਾ ਸਟੱਡ ਫਾਰਮ ਹੈ ਬੜੇ ਸੋਹਣੇ ਤਰੀਕੇ ਨਾਲ ਸਾਫ਼ ਸੁਥਰਾ ਫਾਰਮ ਇਹਨਾਂ ਨੇ ਬਣਾਇਆ ਜੀ, ਤੇ ਕੁਆਲਿਟੀ ਤੇ ਇਹਨਾਂ ਦੀ ਨਜ਼ਰ ਹੈ ਇਹਦੇ ਵਿੱਚ, ਨਾ ਕਿ ਕੁਆਂਟੀਟੀ ਦਾ ਯੋਗਦਾਨ ਹੈ ਜੀ, ਕਿਉਂਕਿ ਅਸੀਂ ਬਿਲਕੁਲ ਨਵੇਂ ਸੀ ਇਸ ਕੰਮ ਵਿੱਚ। ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊ ਵਿੱਚ ਆਖਿਆ ਵੀ ਅਸੀਂ ਵਿਜ਼ਿਟ ਕਰਕੇ ਬਣਾਇਆ ਇਹਨੂੰ ਬਹੁਤ ਜੀ। ਪਹਿਲਾਂ ਅਸੀਂ ਉਧਰ ਗਏ ਤਾਂ ਮੌੜ ਸਾਹਿਬ ਦੇ ਫਾਰਮ ਤੇ ਗਏ ਸੀ ਜੀ, ਉਹ ਦੇਖਿਆ ਸੀ ਟਾਈਪ ਬਣਿਆ ਸੀ, ਸਾਡੇ ਕੋਲ ਜਗ੍ਹਾ ਦੀ ਕਮੀ ਸੀਗੀ ਜੀ। ਤੇ ਫਿਰ ਬਾਅਦ ਤੁਹਾਡੇ ਜਿੰਨੇ ਵੀਡੀਓਜ਼ ਵੀ ਆਉਣੇ ਉਹ ਇਨਫੋਰਮੇਟਿਵ ਹੁੰਦੇ ਸੀ ਜੀ, ਤੇ ਦੇਖਣਾ ਵੀ ਤੇ ਤੁਸੀਂ ਪਰਫੈਕਟ ਆਪਣੇ ਵੱਲੋਂ ਕੰਮ ਕੀਤਾ, ਤੇ ਉਹ ਆਈਡੀਆ ਲੈ ਕੇ ਜਾਂ ਹੋਰਾਂ ਫਾਰਮਾਂ ਵਿੱਚ ਵੀ ਜਾ ਕੇ ਕਿ ਵਾਕਈ ਇਹ ਜਿਹੜੀ ਗੱਲ ਐਪਲੀਕੇਬਲ ਹੈਗੀ ਆ ਜੀ, ਤੇ ਕਾਫੀ ਮਤਲਬ 70% ਮੈਂ ਕਹਿ ਸਕਦਾ ਵੀ ਤੁਹਾਡੇ ਤੋਂ ਜਿਹੜੇ ਆਈਡੀਆ ਉਹਨਾਂ ਤੋਂ ਇਨਫਲੂਐਂਸ ਹੋ ਕੇ। ਥੈਂਕ ਯੂ ਜੀ। ਜਿਹੜਾ ਅਸੀਂ ਮੈਂ ਵੀ ਕਿਤੋਂ ਇਨਫਲੂਐਂਸ ਹੋ ਕੇ ਹੀ ਉਹ ਫਾਰਮ ਬਣਾਇਆ ਸੀਗਾ ਜੀ। ਮੈਂ ਫਾਰਮ ਬਣਾਇਆ ਸੀ ਜੀ ਬਾਈ ਸਿੱਧੂ ਸਾਹਿਬ ਦਾ ਫਾਰਮ ਹੈ ਮੁੱਲਾਪੁਰ, ਜਿਹੜੇ ਮੋਹਿਨੀ ਘੋੜੀ ਦੇ ਨਾਂ ਤੇ ਮਸ਼ਹੂਰ ਨੇ ਜੀ। ਅੱਛਾ। ਮੈਂ ਉਹਨਾਂ ਦੀ ਕਾਪੀ ਕੀਤੀ ਸੀ ਕਿਉਂਕਿ ਮੈਂ ਸ਼ੁਰੂ ਤੋਂ ਉਹਨਾਂ ਦੇ ਫਾਰਮ ਨੂੰ ਬੜਾ ਪਸੰਦ ਕਰਦਾ। 2012 ਤੋਂ ਸਾਡੀ ਉਹਨਾਂ ਨਾਲ ਮੁਲਾਕਾਤ ਹੈ ਜੀ। ਅੱਛਾ। ਸੋ ਉਹ ਫਾਰਮ ਨੂੰ ਮੈਂ ਥੋੜ੍ਹਾ ਮੋਡੀਫਾਈ ਹੋਰ ਵੈਂਟੀਲੇਸ਼ਨ ਦਾ ਧਿਆਨ ਕਰਕੇ ਉਵੇਂ ਬਣਾ ਲਿਆ ਜੀ। ਇੱਕ ਭਾਈ ਤੁਹਾਡੇ ਜ਼ਰੀਏ ਮੈਂ ਗੱਲ ਹੋਰ ਰੱਖਣੀ ਚਾਹੁੰਦਾ ਵੀ ਜਿੱਦਾਂ ਆਪਾਂ ਘੋੜੇ ਸਾਰਿਆਂ ਨੇ ਰੱਖੇ ਆ ਜੀ, ਤਕਰੀਬਨ ਸਾਰਾ ਪੰਜਾਬ ਹੀ ਬਰੀਡਿੰਗ ਕਰ ਰਿਹਾ ਜੀ, ਤੇ ਇਸ ਤੋਂ ਅਲੱਗ ਆਪਾਂ ਨੂੰ ਹਟ ਕੇ ਕੁਛ ਨਾ ਕੁਛ ਇਹਨਾਂ ਲਈ ਜ਼ਰੂਰ ਕਰਨਾ ਚਾਹੀਦਾ ਜਿਹੜਾ ਸਪੋਰਟਸ ਦੇ ਨਾਲ ਰਿਲੇਟਡ ਹੋਵੇ, ਜਿਹਦੇ ਨਾਲ ਕਿ ਘੋੜਿਆਂ ਦੀ ਐਂਡੋਰੈਂਸ ਵੀ ਚੈੱਕ ਹੋਵੇ। ਹੁਣ ਅੱਜ ਕੱਲ੍ਹ ਜਿੱਦਾਂ ਸਿਰਫ ਆਪਣੇ ਸ਼ੋਅ ਲੱਗ ਰਹੇ ਜੋ ਬਹੁਤ ਚੰਗੀ ਗੱਲ ਹੈ ਨਾ, ਹਾਂਜੀ, ਤੇ ਉਹਨਾਂ ਵਾਸਤੇ ਕਮੇਟੀਜ਼ ਬਣੀਆਂ ਜਿਹੜੀਆਂ ਅਲੱਗ ਅਲੱਗ ਸ਼ੋਅ ਲਾਉਂਦੀਆਂ, ਮੇਰੀ ਉਹਨਾਂ ਦੀ ਧਿਆਨ ਹਿੱਤ ਬੇਨਤੀ ਹੈ ਵੀ ਇੱਕ ਸ਼ਾਇਦ ਮੈਂ ਗਲਤ ਹੀ ਹੋਵਾਂ ਪਰ ਵਿਚਾਰ ਜ਼ਰੂਰ ਲਿਓ ਕਿ ਇੱਦਾਂ ਨਹੀਂ ਹੋ ਸਕਦਾ ਕਿ ਆਪਾਂ ਸਰਕਾਰ ਵੱਲ ਦੇਖਣ ਦੀ ਬਜਾਏ ਹਾਂਜੀ ਆਪਣਾ ਹੀ ਇੱਕ ਸਾਰਾ ਪੋਰਟੇਬਲ ਸਿਸਟਮ ਕਰਕੇ 15-20 ਕਿੱਲਿਆਂ ਦੇ ਵਿੱਚ ਜਿੱਦਾਂ ਹੁਣ ਕਬੱਡੀ ਦੇ ਆਪਾਂ ਸਟੇਡੀਅਮ ਬਣਾਈ ਦੇ ਆ ਜੀ, ਹਾਂਜੀ, ਉਹ ਸਾਰਾ ਕੁਝ 2 ਦਿਨ ਦੇ ਵਿੱਚ ਫਿੱਟ ਹੋ ਜਾਂਦਾ ਜੀ। ਹਾਂਜੀ। ਇਸੇ ਤਰ੍ਹਾਂ ਬੈਰੀਕੇਡਿੰਗ ਵੀ ਅਵੇਲੇਬਲ ਆ, ਸਾਰਾ ਕੁਝ ਅਵੇਲੇਬਲ ਆ, ਤੇ ਆਪਾਂ ਕੋਈ ਜਿਹੜੇ ਕੋਰਸ ਆ ਆਪਣੇ ਤੌਰ ਤੇ ਬਣਾ ਕੇ ਤੇ ਇੱਕ ਤਜਰਬਾ ਕਰਨਾ ਚਾਹੀਦਾ, ਕਿਉਂਕਿ ਜ਼ਿਆਦਾਤਰ ਜਦੋਂ ਆਪਾਂ ਸਪੋਰਟਸ ਨਾਲ ਜੁੜਾਂਗੇ ਲੋਕਾਂ ਦੇ ਐਂਟਰਟੇਨਮੈਂਟ ਵੀ ਵਧੂਗੀ, ਤੇ ਇੱਕ ਜਿਹੜਾ ਹਰ ਇੱਕ ਨੂੰ ਇਤਰਾਜ਼ ਰਹਿੰਦਾ ਬੇਸ਼ੱਕ ਜੱਜ ਲੱਖ ਸਹੀ ਫੈਸਲਾ ਦੇ ਦੇਣ, ਉਹ ਹਰ ਇੱਕ ਨੂੰ ਇਹੀ ਤਰ੍ਹਾਂ ਦਾ ਮੇਰਾ ਘੋੜਾ ਚੰਗਾ ਸੀ ਇਹ ਜਿੱਤਣਾ ਸੀ ਤੇ ਉੱਥੇ ਪਤਾ ਵੀ ਲੱਗ ਜੂ ਕੌਣ ਜਿੱਤਦਾ ਜੀ, ਉੱਥੇ ਪਰਫਾਰਮੈਂਸ ਤੁਹਾਡੇ ਪੱਟਾਂ 'ਚ ਕਿੰਨਾ ਜਾਨ ਹੈ ਜੀ ਸਪੋਰਟਸ ਵਾਂਗੂ ਉਵੇਂ ਪਤਾ ਲੱਗੂ। ਬਿਲਕੁਲ ਬਿਲਕੁਲ ਜੀ। ਨਹੀਂ ਕੋਸ਼ਿਸ਼ ਕਰਾਂਗੇ ਜੀ ਜ਼ਰੂਰ, ਅਸੀਂ ਜਿਹੜਾ ਮੁਕਤਸਰ ਸਾਡਾ ਪੰਜਾਬ ਹਾਰਸ ਸ਼ੋਅ ਹੋਇਆ ਉਹਦੇ 'ਚ ਇੱਕ ਨਵੀਂ ਪਹਿਲ ਕਰੀ ਸੀ ਵੀ ਆਪਣੇ ਘੋੜੇ 'ਤੇ ਤੁਸੀਂ ਚੜ੍ਹ ਕੇ ਦਿਖਾਓ, ਹਾਂਜੀ, ਸੋ ਉਹਨਾਂ ਨੂੰ ਵੀ ਕੁਛ ਅਸੀਂ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਆ ਜੀ, ਤੇ ਆਉਣ ਵਾਲੇ ਟਾਈਮ 'ਚ ਜੇ ਕੋਈ ਸਰਕਾਰੀ ਅੜਚਨਾ ਗਲੈਂਡਰ ਵਗੈਰਾ ਦੀਆਂ ਹਟ ਜਾਣ ਤਾਂ ਅਸੀਂ ਕੋਈ ਐਂਡੋਰੈਂਸ ਵੀ ਪਲਾਨ ਕਰ ਰਹੇ ਹਾਂ, ਕਿਉਂਕਿ 3-4 ਵਾਰੀ ਐਂਡੋਰੈਂਸ ਕਰਾਉਣ ਨਾਲ ਤਾਂ ਸਾਡੇ ਲੋਕਾਂ ਨੂੰ ਸਿਰਫ ਇਹ ਸਮਝ ਆਉਣਾ ਵੀ ਐਂਡੋਰੈਂਸ ਗੇਮ ਕਹਿੰਦੇ ਕਿਹਨੂੰ ਹੈ। ਬਿਲਕੁਲ ਜੀ। ਸੋ ਤੁਹਾਡੀ ਸੋਚ ਚੰਗੀ ਹੈ ਜੀ, ਵੇਅਰ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਜਦੋਂ ਬੰਦੇ 4 ਭਰਾ ਕਿਸੇ ਬਾਰੇ ਸੋਚਦੇ ਹੈ ਤਾਂ ਉਹ ਕੰਮ ਜ਼ਰੂਰ ਆਉਣ ਵਾਲੇ ਦਿਨਾਂ 'ਚ ਸਾਹਮਣੇ ਨਜ਼ਰ ਆਉਂਦਾ ਜੀ। ਬਿਲਕੁਲ। ਤੁਸੀਂ ਵੀ ਕੋਸ਼ਿਸ਼ ਕਰਿਓ, ਮੈਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਇਸ ਗੱਲ ਨੂੰ ਆਪਾਂ ਪ੍ਰਮੋਟ ਕਰਾਂਗੇ ਵੀ ਘੋੜਿਆਂ ਨੂੰ ਸ਼ੋਆਂ ਦੇ ਨਾਲ ਨਾਲ ਜਿਹੜੇ ਵਿਚਾਰੇ ਉਹ ਘੋੜੇ ਰਹਿ ਗਏ ਜਿਹੜੇ ਬਹੁਤ ਸੋਹਣੇ ਨਹੀਂ ਸ਼ੋਅ 'ਚ ਨਹੀਂ ਜਾਂਦੇ, ਉਹਨਾਂ ਨੂੰ ਆਪਾਂ ਸਪੋਰਟਸ ਕਿਸੇ ਪਾਸੇ ਲੈ ਕੇ ਆਈਏ। ਬਿਲਕੁਲ ਜੀ ਬਿਲਕੁਲ। ਇੱਕ ਉਹਦੇ ਨਾਲ ਫਿਰ ਇਹ ਹੋ ਜਾਂਦਾ ਜਿਹੜਾ ਸਪੋਰਟਸ ਆ
ਇੱਥੇ ਸਿਰਫ ਆਪਾਂ ਘੋੜਿਆਂ ਵਾਲੇ ਇਕੱਠੇ ਹੁੰਦੇ ਸ਼ੂਆਂ ਦੇ ਵਿੱਚ ਜੀ ਜੀ ਸਪੋਰਟਸ ਵਿੱਚ ਅਗਲੇ ਨਹੀਂ ਹੁੰਦਾ ਕੌਣ ਜਿੱਤਿਆ ਕੌਣ ਹਾਰਿਆ ਹੁਣ ਮੰਨ ਲਓ ਸਪੋਜ਼ ਕਰੋ ਕਬੱਡੀ ਦੇਖਣ ਜਾਂ ਛਿੰਝਾਂ ਦੇਖਣ ਜਾਂ ਫੁੱਟਬਾਲ ਦੇ ਮੈਚ ਦੇਖਣ ਹਜ਼ਾਰਾਂ ਦੀ ਤਾਦਾਦ ਚ ਲੋਕ ਇਕੱਠੇ ਹੁੰਦੇ ਉਹਨਾਂ ਕਿਤੇ ਸਾਰਿਆਂ ਦੇ ਬੱਚੇ ਪਲੇਅਰ ਥੋੜੀ ਆ ਹਾਂਜੀ ਪਰ ਉਹਨਾਂ ਨੂੰ ਸਪੋਰਟਸ ਨਾਲ ਪਰ ਉਹਨਾਂ ਦੇ ਅੰਦਰ ਪਲੇਅਰ ਹੈ ਜੀ ਹਾਂ ਪਲੇਅਰ ਆ ਸੋ ਇਹ ਵੀ ਜਿਹੜੀ ਚੀਜ਼ ਲਈ ਬਣੇ ਆ ਘੋੜੇ ਜੀ ਆਪਣੇ ਗੁਰੂ ਮਹਾਰਾਜ ਦੇ ਵੇਲੇ ਵੀ ਕਿੰਨੇ ਮਤਲਬ ਔਖੀ ਘੋੜਾ ਬੇਸਿਕਲੀ ਤਾਂ ਸਵਾਰੀ ਦੀ ਉਹ ਚੀਜ਼ ਸੀਗਾ ਜੀ ਸਵਾਰੀ ਵਾਸਤੇ ਜਾਨਵਰ ਔਖੀਆਂ ਕੰਡੀਸ਼ਨਾਂ ਵਿੱਚ ਵੀ ਉਦੋਂ ਘੋੜਿਆਂ ਨੇ ਸਾਰਾ ਕੁਝ ਜਿਹੜਾ ਤੇ ਆਪਾਂ ਨੂੰ ਅੱਜ ਵੀ ਇਹਨਾਂ ਦੀ ਉਹ ਐਂਡੋਰੈਂਸ ਅੱਜ ਪਾਵਰ ਉਹ ਚੈੱਕ ਕਰਨੀ ਜ਼ਰੂਰ ਚਾਹੀਦੀ ਆ ਜ਼ਰੂਰੀ ਹੈ ਕਿਉਂਕਿ ਜੇਕਰ ਉਹਨੂੰ ਚੈੱਕ ਕਰਾਂਗੇ ਤਾਂ ਆਪਣਾ ਧਿਆਨ ਫੇਰ ਉਹਦੀ ਜਿਹੜੀ ਫੁੱਲ ਜਿਹੜੀ ਪਰਫਾਰਮੈਂਸ ਹੈ ਉਹ ਤੇ ਫੇਰ ਆਊਗਾ ਜੀ ਤੇ ਬਹੁਤ ਸਾਰਾ ਯੂਥ ਜਿਹੜਾ ਮਹਿੰਗੇ ਘੋੜੇ ਹਲੇ ਨਹੀਂ ਖਰੀਦ ਸਕਦਾ ਸ਼ੋਅ 'ਚ ਨਹੀਂ ਜਾ ਸਕਦਾ ਉਹਨੂੰ ਵੀ ਇੱਕ ਨਵਾਂ ਕੰਮ ਮਿਲ ਜੂਗਾ ਜਿਹੜਾ ਘੋੜਿਆਂ ਨਾਲ ਸੰਬੰਧਿਤ ਹੈ ਬਿਲਕੁਲ ਬਿਲਕੁਲ ਤੇ ਰਾਈਡਿੰਗ ਦਾ ਕਲਚਰ ਹੌਲੀ ਹੌਲੀ ਡਿਵੈਲਪ ਹੋ ਜੇ ਤੇ ਘੋੜਿਆਂ ਦੀ ਸਿਹਤ ਵੀ ਉਹਦੇ ਨਾਲ ਠੀਕ ਰਹੂ ਜੀ ਜਿੱਦਾਂ ਤੁਸੀਂ ਹੁਣ ਰਾਈਡਰ ਦਾ ਆਪਣਾ ਕੀਤਾ ਤੁਹਾਡਾ ਲੌਂਗ ਰਨ ਦਾ ਹੋਵੇ ਜੀ ਕੰਪੀਟੀਸ਼ਨ ਹੋਵੇ ਜਿੱਦਾਂ ਮੈਰਾਥਨ ਟਾਈਪ ਹੋ ਗਿਆ ਜੀ ਇਹ ਡਰਬੀ ਦਾ ਹੋ ਗਿਆ ਜੀ ਨਾ ਆਪਾਂ ਆਪਣੇ ਤੌਰ ਤੇ ਇੱਕ ਕਹਿ ਲਓ ਵੀ ਪਿੰਡੂ ਡਰਬੀ ਆਪਾਂ ਖੜੀ ਕਰਦੇ ਬਿਲਕੁਲ ਕਰ ਸਕਦੇ ਆ ਜੀ ਬਿਲਕੁਲ ਕਰ ਸਕਦੇ ਆ ਸਾਡਾ ਮਕਸਦ ਤਾਂ ਇਹਨਾਂ ਘੋੜਿਆਂ ਨੂੰ ਕੰਮ ਦੇਣਾ ਤੇ ਜਿਹੜਾ ਸਾਡਾ ਯੂਥ ਹੈ ਉਹਨੂੰ ਕਿਸੇ ਸਿੱਧੇ ਪਾਸੇ ਲਾਉਣਾ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕੇ ਬਿਲਕੁਲ ਬਿਲਕੁਲ ਜੀ ਚਲੋ ਥੈਂਕ ਯੂ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡਾ ਰੋਲ ਹੈ ਘੋੜਿਆਂ ਦੇ ਵਿੱਚ ਥੈਂਕ ਯੂ ਬਾਈ ਫੀਲਡ ਨੂੰ ਉੱਪਰ ਲਿਜਾਣ ਲਈ ਚਾਹੇ ਪਹਿਲਾਂ ਉਹ ਆਪਣੇ ਸਲਮਾਨ ਭਾਜੀ ਹੁਣਾਂ ਦੇ ਨਾਲ ਹੋਵੇ ਉਹ ਆਏ ਘੋੜਾ ਇੰਡਸਟਰੀ ਵਿੱਚ ਇੱਕ ਬੂਮ ਆਇਆ ਜੀ ਉਸ ਤੋਂ ਬਾਅਦ ਰਿਲਾਇੰਸ ਵਾਲੇ ਆਏ ਤਾਂ ਕਿਉਂਕਿ ਆਲਮੋਸਟ ਇਸ ਟਾਈਮ ਤਾਂ ਆਪਾਂ ਬਰੀਡਿੰਗ ਕਰਕੇ ਸਿਰਫ ਉਹਨਾਂ ਵੱਲ ਹੀ ਦੇਖ ਰਹੇ ਹਾਂ ਵੀ ਉਹ ਸਾਡੇ ਘੋੜੇ ਲੈ ਲੈ ਲੈਣਗੇ ਜੇ ਸਪੋਰਟਸ ਨਾਲ ਰਿਲੇਟਡ ਹੋਊਗੀ ਤਾਂ ਫਿਰ ਇੱਕ ਅਲੱਗ ਜਿਹੜਾ ਫਨੋਮਨਾ ਇੱਕ ਨਵਾਂ ਤਬਕਾ ਆਊਗਾ ਜੁੜੂਗਾ ਹੀ ਜੁੜੂਗਾ ਜੀ ਜਿਨ੍ਹਾਂ ਨੂੰ ਸਪੋਰਟਸ ਦਾ ਸ਼ੌਕ ਹੈ ਬਿਲਕੁਲ ਥੈਂਕ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ